करोड़ 49 लाख की जिहड़ी वारदात हुई है ਉਹ ਅਸੀਂ ਵਾਰਦਾਤ ਤੋਂ ਬਾਅਦ ਪੂਰਾ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਜੀ ਜਾਨ ਲਾ ਲਿਆ। ਸਭ ਤੋਂ ਪਹਿਲਾਂ ਜਦੋਂ ਮੈਸੇਜ ਦਾ ਇਹ ਵਾਰਦਾਤ ਆ ਗਿਆ ਤੇ ਸੀਐਮ ਪੰਜਾਬ ਦਾ ਇਸ ਤੇ ਫੋਨ ਆਇਆ ਵੀ ਏਡੀ ਵੱਡੀ ਵਾਰਦਾਤ ਹੋ ਗਈ, ਤੁਸੀਂ ਕੀ ਕਰ ਰਹੇ ਹੋ? ਤੇ ਉਸ ਗੱਲ ਦਾ ਸਾਡੇ ਤੇ ਪ੍ਰੈਸ਼ਰ ਵੀ ਸੀ, ਡੀਜੀ ਪੰਜਾਬ ਡੀਜੀ ਇੰਟਰ ਉਹ ਵਾਰ-ਵਾਰ ਇਹਨੂੰ ਮੋਨਿਟਰ ਕਰ ਰਹੇ ਸੀ। ਅਸੀਂ ਇਸ ਸਾਰੀ ਲੁਧਿਆਣਾ ਟੀਮ ਨੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਰਲ ਕੇ ਇਸ ਕੇਸ ਨੂੰ ਕ੍ਰੈਕ ਕਰ ਲਿਆ। ਹੁਣ ਤੱਕ ਜਿਹੜੀ ਮੈਂ ਕੁਝ ਡਿਟੇਲ ਦਾ ਜੇ ਚੁੱਪ ਦਾ ਦਾਰ ਬਖਸ਼ੋਗੇ ਮੈਂ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ। ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਗੱਲ ਹੈ, ਇਹਦੇ ਚੋਂ ਇੱਕ ਕਹਿ ਸਕਦੇ ਹਾਂ ਕਿ ਇੱਕ ਡਾਕੂ ਹਸੀਨਾ ਤੇ 9 ਮੈਂਬਰ ਇਹਦੇ ਵਿੱਚ ਜਿਹੜੀ ਇਸ ਕੇਸ ਦੇ ਵਿੱਚ ਇੱਕ ਡਾਕੂ ਸੁੰਦਰੀ ਤੇ ਉਹਦੇ ਨਾਲ ਜਿਹਦਾ ਮਨਦੀਪ ਆਇਆ ਤੇ ਉਹਦੇ ਨਾਲ 9 ਮੈਂਬਰ ਇਹਦੇ ਚ ਮੁੱਖ ਤੌਰ ਤੇ ਦੋ ਸੀ, ਇੱਕ ਮਨਦੀਪ ਕੌਰ ਲੜਕੀ ਇੱਕ ਮਨਜਿੰਦਰ ਮਣੀ। ਮਨਜਿੰਦਰ ਮਣੀ ਪਿਛਲੇ 4 ਸਾਲਾਂ ਤੋਂ ਇਸ ਕੰਪਨੀ ਸੀਐਮਐਸ ਕੰਪਨੀ ਦਾ 4 ਸਾਲ ਤੋਂ ਇੰਪਲਾਈ ਸੀਗਾ। ਇਹਨਾਂ ਨੇ ਜਿਹੜੀ ਲੜਕੀ ਮਨਦੀਪ ਕੌਰ ਹੈ ਜਿਹੜੀ ਉਹਨੇ ਸਭ ਤੋਂ ਪਹਿਲਾਂ ਮਨਜਿੰਦਰ ਮਣੀ ਦੇ ਨਾਲ ਪਲਾਨ ਕੀਤੀ, ਇਹਨੂੰ ਮਨਜਿੰਦਰ ਮਣੀ ਨੂੰ ਇਹ ਰਾਹ ਦਿਖਾਇਆ ਕਿ ਇਸ ਢੰਗ ਦਾ ਇੰਨੇ ਪੈਸੇ ਆ ਤੁਸੀਂ ਕਰ ਸਕਦੇ ਹੋ। ਫਿਰ ਇਹਨਾਂ ਨੇ ਪਲਾਨ ਕੀਤੀ, ਕੁਛ ਮਹੀਨਿਆਂ ਤੋਂ ਇਹ ਪਲਾਨ ਨੂੰ ਵਰਕਆਊਟ ਕਰਦੇ ਆ ਰਹੇ ਸੀ। ਜਦੋਂ ਉਸ ਗੱਲ ਦਾ ਉਹਨੂੰ ਕਲੀਅਰ ਹੋ ਗਿਆ ਸਾਰਾ ਕਿ ਇਹ ਕੰਪਨੀ ਦੇ ਵਿੱਚ ਬਿਲਕੁਲ ਜਿਹੜੇ ਨਾ ਮਾਲੂਮ ਜਿਹੜੇ ਹੈ ਸੁਰੱਖਿਆ ਇੰਤਜ਼ਾਮ ਹੈ, ਜਿਹੜਾ ਕਿਉਂਕਿ 4 ਸਾਲ ਤੋਂ ਜਿਹੜਾ ਉਹਦੇ ਚੋਂ ਕੈਸ਼ ਲੋਡ ਕਰਦਾ ਆ ਰਿਹਾ ਸੀਗਾ ਕੰਪਨੀ ਦਾ, ਉਹਨੂੰ ਪਤਾ ਸੀ। ਫਿਰ ਇਹਨਾਂ ਨੇ ਪਲਾਨ ਬਣਾਈ, 2 ਮਡਿਊਲ ਬਣਾਏ, ਇੱਕ ਜਿਹੜਾ 2 ਮੋਟਰਸਾਈਕਲ ਤੇ ਮਨਜਿੰਦਰ ਮਣੀ ਤੇ ਉਹਦੇ ਸਾਥੀ 2 ਮੋਟਰਸਾਈਕਲਾਂ ਤੇ 5 ਜਣੇ ਹੋ ਗਏ, ਤੇ ਜਿਹੜੀ ਮਨਦੀਪ ਕੌਰ ਤੇ ਉਹਦੇ ਨਾਲ 4 ਸਾਥੀ ਹੈ, ਇੱਕ ਕਾਰ ਜਿਹੜੀ ਹੈ ਉਸ ਕਾਰ ਦੇ ਵਿੱਚ ਹੋ ਗਏ। ਉਹ ਅਲਟੀਮੇਟਲੀ ਜਦੋਂ ਇਹ ਇੰਸੀਡੈਂਟ ਹੋਇਆ, ਇੰਸੀਡੈਂਟ ਹੋਣ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ। ਮੌਕੇ ਤੇ ਪਹੁੰਚਣ ਤੋਂ ਸਾਡੇ ਕੋਲ ਕਲੂਲੈਸ ਸੀਗੇ ਅਸੀਂ, ਸਾਡੇ ਲਈ ਇਹ ਬਲਾਈਂਡ ਕੇਸ ਸੀਗਾ। ਇਹ ਕੇਸ ਦੇ ਵਿੱਚ ਜਦੋਂ ਅਸੀਂ ਸਾਰੀ ਡਿਟੇਲ ਚੈੱਕ ਕੀਤੀ, ਸਭ ਤੋਂ ਪਹਿਲਾਂ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਕੰਪਨੀ ਦਾ ਜਿਹੜਾ ਅਸੀਂ ਹਾਲ ਦੇਖਿਆ ਗਿਆ, ਉਹਦੇ ਵਿੱਚ ਜਿਹੜਾ ਸੈਂਸਰ ਸਿਸਟਮ ਸੀਗਾ, ਜਿਹੜਾ ਐਂਟਰੀ ਸਿਸਟਮ ਸੀ, ਕਾਰਡ ਤੇ ਥੰਬ ਇੰਪ੍ਰੈਸ਼ਨ ਨਾਲ ਹੁੰਦਾ ਸੀ। ਇਹ ਕੈਸ਼ ਹੈ ਜਿਹੜਾ ਕੈਸ਼ ਚੈਸਟ ਦੀ ਬਜਾਏ ਪਿੱਛੇ ਕੈਸ਼ ਚੈਸਟ ਹੈ, ਉਹਦੀ ਬਜਾਏ ਕਮਰਿਆਂ ਦੇ ਵਿੱਚ ਰੱਖ ਕੇ ਰਾਤ ਨੂੰ ਕਾਟਰੇਜ ਲੋਡ ਹੁੰਦੇ ਆ। ਤੁਸੀਂ ਸਾਰੇ ਹੈਰਾਨ ਹੋਵੋਗੇ, ਕਾਟਰੇਜ ਲੋਡ ਕਰਨ ਲਈ ਜਿਹੜਾ ਏਟੀਐਮ ਦੇ ਵਿੱਚ ਪਾਉਂਦਾ, ਉਹਦੇ ਵਿੱਚ 2 ਨੌਜਵਾਨ ਲੜਕੇ ਜਿਹੜੇ ਕਿ 20-20 ਸਾਲ ਦੇ ਹੈ, ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ, ਪਿਛਲੇ 2-2-3 ਮਹੀਨਿਆਂ ਤੋਂ ਰੱਖੇ ਜਾਂਦੇ ਸੀ। ਮਿਲਾ ਕੇ ਕਿ ਕੰਪਨੀ ਦੇ ਸੀਐਮਐਸ ਕੰਪਨੀ ਦੇ ਵਿੱਚ ਟੋਟਲ 5 ਜਾਣੇ, 1 ਸੁਰੱਖਿਆ ਕਰਮਚਾਰੀ ਐਕਸਟਰਾ, 2 ਸਿਕਿਉਰਿਟੀ ਗਾਰਡ ਤੇ 2 ਕੈਸ਼ ਗਿਣਨ ਵਾਲੇ, ਤੇ ਇਹਦੇ ਵਿੱਚ ਕਰੋੜਾਂ ਰੁਪਇਆ ਉਹਦੇ ਚ ਇਨਵੋਲਵ ਸੀ। ਉਸ ਤੋਂ ਬਾਅਦ ਜਦੋਂ ਜਾ ਕੇ ਵਿਜ਼ਿਟ ਕੀਤਾ, ਸਭ ਤੋਂ ਪਹਿਲਾਂ ਐਂਟਰੀ ਦੇ ਵਿੱਚ ਇਹ ਪਾਇਆ ਗਿਆ ਕਿ ਜਿੱਥੇ ਐਂਟਰੀ ਸੈਂਸਰ ਲੱਗੇ ਹੋਏ ਆ ਉਹਦੇ ਵਿੱਚ ਜਿਹੜੀ ਆ ਤਾਰ ਉਹਦੇ ਉੱਤੇ ਸੀ, ਤਾਰ ਕੱਟ ਕੇ ਐਂਟਰ ਕਰ ਗਏ। ਉਸ ਤੋਂ ਇਲਾਵਾ ਜਦੋਂ ਐਂਟਰ ਕਰਨ ਤੋਂ ਬਾਅਦ ਉਹਦੇ ਵਿੱਚ ਕੰਪਨੀ ਦਾ ਇਹੋ ਜਿਹਾ ਹਾਲ ਸੀ ਵੀ ਜੇ ਲਾਈਟ ਆਫ ਹੋ ਜਾਂਦੀ ਹੈ, ਸੈਂਸਰ ਆਫ ਹੋ ਜਾਂਦੇ ਆ, ਉਹ ਉਹ ਐਂਟਰ ਕਰ ਸਕਦਾ। ਇਸ ਤੋਂ ਇਲਾਵਾ ਜਿਹੜਾ ਜਦੋਂ ਆਪਣਾ ਉਹਦੇ ਵਿੱਚ ਜੇ ਕੋਈ ਕਾਰਡ ਕਰੇ ਭੁੱਲਿਆ ਹੁੰਦਾ, ਇਹ ਸਵਿੱਚ ਆਫ ਕਰ ਦਿੰਦੇ ਸੀ, ਫਿਰ ਐਂਟਰੀ ਨੋਰਮਲ ਤੇ ਆਉਣਾ, ਲਾਈਟ ਚਲੀ ਜਾਵੇ, ਜਿੰਨਾ ਚਿਰ ਕਾਰਡ ਨਾ ਆਵੇ, ਲਾਈਟ ਨਾ ਆਵੇ, ਐਂਟਰ ਨਹੀਂ ਕਰ ਸਕਦਾ। ਹਾਂ, ਉਹਦੇ ਵਿੱਚ ਇਹ ਐਂਟਰੀ ਦਾ ਇਵੇਂ ਸਿਸਟਮ ਸੀ। ਇਹਨਾਂ ਨੇ ਰਾਤ ਪਲਾਨ ਕਰਕੇ ਕਰੀਬ 1 ਘੰਟੇ ਦੇ ਕਰੀਬ, ਪੌਣੇ 1 ਘੰਟੇ ਦਾ ਥੋੜਾ ਘੱਟ ਟਾਈਮ ਇਹਨਾਂ ਨੇ ਲਾਇਆ। ਜਿਹੜੀ ਮਨਦੀਪ ਕੌਰ ਲੜਕੀ ਆ ਉਹਦੇ ਵਿੱਚ ਉਹਨੇ ਪੌੜੀ ਜਿਹੜੀ ਆ ਉਹਦੇ ਵਿੱਚ ਉਹਨੂੰ ਉਹ ਕੀਤੀ, ਪੌੜੀ ਦਾ ਅਰੇਂਜ ਕੀਤਾ, ਫਿਰ ਉਹ ਕਟਰ ਲੈ ਕੇ ਆਏ ਨਾਲ, ਫਿਰ ਉਹ ਸੱਬਲ ਲੈ ਕੇ ਆਏ ਵਿਦਾਊਟ ਵੈਪਨ, ਜਿਹੜੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਸ਼ੱਕ ਜ਼ਾਹਰ ਕੀਤਾ ਸੀਗਾ ਵਿਦਾਊਟ ਵੈਪਨ। ਇਹਦੇ ਵਿੱਚ ਮੈਂ ਤੁਹਾਡੀ ਉਹ ਪਿਕਚਰ ਤੁਹਾਨੂੰ ਡੀਜ਼ਲ ਦੀ ਗਰੁੱਪਸ ਦੇ ਵਿੱਚ ਪਾ ਦਾਂਗੇ। ਇਹ ਡਾਕੂ ਸੁੰਦਰੀ ਆ ਜਿਹੜੀ ਮਨਦੀਪ ਕੌਰ, ਜਿਹੜੀ ਵਾਂਟਡ ਆ ਹਜੇ ਤੱਕ ਸਾਡੇ ਕੋਲੋਂ, ਹਜੇ ਨਹੀਂ ਪਕੜੀ ਗਈ ਗੀ, ਜਿਹੜੀ ਇਹ ਮਨਦੀਪ ਕੌਰ ਨਾਂ ਦੀ ਲੜਕੀ ਆ ਜਿਹੜੀ ਇਹ ਇਸ ਕੇਸ ਦੇ ਵਿੱਚ, ਇਹ ਤੁਹਾਨੂੰ ਡਿਟੇਲ ਸ਼ੇਅਰ ਕਰ ਲਾਂਗੇ, ਇਹਦੀ ਪਿਕਚਰ ਤੁਸੀਂ ਲੈ ਲਿਓ ਜੀ। ਇਹ ਸਾਨੂੰ ਇਹਦੇ 'ਚ ਵਾਂਟਡ ਹੈ। ਇਹਨਾਂ ਨੇ ਪਿਛਲੇ ਪਾਸੋਂ ਅਸੈਸ ਕੀਤੀ, ਬੜੇ ਆਰਾਮ ਦੇ ਨਾਲ ਇਹ ਉਹਦੇ ਵਿੱਚ ਐਂਟਰ ਕਰ ਗਏ, ਕੰਧ ਦੇ ਨਾਲ ਐਂਟਰ ਕਰਕੇ, ਜਿਹੜਾ ਤੁਸੀਂ ਸਾਹਮਣੇ ਘਰ ਦਾ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ, ਸਾਡੇ ਕੋਲ ਇੱਕੋ ਕਲੂ ਸੀ, ਸਾਹਮਣੇ ਘਰ ਦਾ ਵਿੱਚ ਪਿੱਲਰ ਆਉਂਦੇ ਸੀ ਇੱਕ, ਕਿਉਂਕਿ ਕੰਪਨੀ ਦੇ 50 ਤੋਂ ਵੱਧ ਸੀਸੀਟੀਵੀ ਉਹ ਬਿਲਕੁਲ ਫੇਲ ਹੋ ਗਏ, ਕਿਉਂਕਿ ਕੋਈ ਡਾਟਾ ਕਲਾਊਡ ਦੇ ਵਿੱਚ ਨਹੀਂ ਸੀ। ਦੂਜੀ ਗੱਲ ਜਦੋਂ ਇੰਪੋਰਟੈਂਟ ਗੱਲ ਆ, ਸੀਐਮਐਸ ਕੰਪਨੀ ਦੇ ਜਿਹੜੇ ਮੈਨੇਜਰ ਹੈ
उन्होंने हथ लिखित उन्होंने 11,11,70,00,000 रुपए का अमाउंट दिता। उस तो अलावा जो कैश गिन के इन्होंने कहा जी 4.5 करोड़ रुपया साडा इत्थे पिया, रल के की गल बनी, इहदा बनदा किन्ना पिछे 6,32,00,000 जिहड़ा जिहड़ी जिहड़ी चोरी होनी जिहड़ी इन्हां दे मुताबक सी। शाम तक करदिआं इन्होंने आपदी फिगर नूं डाटा रिवाइज करके, इनिशियल है ये हथ लिखित है, ये इनिशियल है उहदे च, आ जिहड़ा मेरे हथ दी लिखित है जिहदे विच 6,32,00,000 रुपया। शाम तक ये करदिआं करदिआं जदों इन्होंने सारा चैक करके सानूं फिगर दित्ती, कहिंदे जी साडी चोरी है जिहड़ी उह 8,49,00,000 दी होई है। इहदे च इंटरस्टिंग गल की है, मैं तुहानूं होर शेयर करदा, जदों असी यह फड़िया गया मनजिंदर मणि जिहड़ा कि 4 साल तो काम करता सी, उन्हें एक बड़ी इंटरस्टिंग गल दसी, वो तुहाडे नाल मैं शेयर करना चाहूँगा। ये कहिंदे जी कंपनी ने भुलेखे नाल किसी बैंक के 50,00,000 रुपया लोड कर दिता सी, ते उहदे 51,00,000 रुपया वह लोड करन तो बाद वह जो वापस मंग रहे सी, वह बैंक वापस नहीं कर रहा सी, जिहदा हैगा सी वह नहीं सी हैगा। तुसीं चैक कर लो जी 51,00,000 रुपया तो शायद उही एडजस्ट करता उहदे विच। उस तो अलावा उन्हें 2-3 होर कुछ 2,000 दे नोट है जिहड़े, जदों 2 टुट हो जांदे आ बैंक वापस लै जांदा, 2 तों वध टुटे आ जिहड़े, 3 टुटे आ जां होर है, उहदे विच उहदे दसण मुताबक आ, असीं वेरीफिकेशन नहीं कीती, उहदे दसण मुताबक आ करीब 50,00,000 दे करीब उहो जिहा अमाउंट पिया जिहड़ा कि कहिंदे सी बैंक्स नूं दित्ता जावे, बैंक्स वल्लों रिफ्यूज़ कीता जा रिहा सी वी 3 टुट्टिआं वाला जां जिहड़ा मतलब कि कचरा, जिहनूं कचरा तां नहीं कह सकदे, वह नोट हैगा उहदे च कोई चलदी सी। वह मनजिंदर मणि दी जदों सस्टेन पुछगिछ होई उहने इह गल कही वी उस गल नूं वी तुसीं वेरीफाई कर लिओ जे कितें उह अमाउंट वी साडे लई, असीं कोई सस्पिशन रेज नहीं कर रहे, पर साडे लई 11,70,00,000 तों वध के जिहड़ा कि चोरी होया वा पैसा 6,32,00,000। एक होर इंटरस्टिंग गल, जदों पैसे लैके गए 3 बैग्स दे विच लैके गए, पहले बैग दे विच 3 करोड़, दूजे बैग च 3 करोड़, तीजे बैग दे विच 5 DVR 33,00,000 रुपया जिहड़ा सानूं मिलिया 100-100 दा, उह वी उहदे विच, उस तों अलावा 500-500 दे नोट। हुण दोनों बैगों च 3 करोड़ 3 करोड़ 6 करोड़, जिहड़ा चौथे बैग दे विच 5 DVR प्लस शैनियां उह सिस्टम नाल, उदों अलावा जिहड़े 100-100 दा 33,00,000 रुपया वी उहदे विच, उस तों अलावा 500 दे नोट। हुण इह फिगर जिहड़ी कंपनी ने दसी है ते जिहड़ी इह फड़े गए बंदिआं दी इंटरोगेशन दे विच है, 5 करोड़ रुपया असीं रिकवर कर लिया। मनदीप जिहड़ी इहदे विच मनजिंदर मणि ते मनदीप उह जिहड़ी मुख मुलजम है, जिहड़ी मनदीप हजे साडे कोलों मिसिंग है, जिहड़ी कि कार कार दा नाम किहड़ी कंपनी, शेवरलेट क्रूज जिहड़ी कार है ब्लैक कलर दी, उह कार जिहड़ी उहदी है, उस इह अपने डेलो एरिए दी रहिण वाली है, बरनाले मैरिड है जिहड़ी इहदे विच जिहदे नाल होया सी, उह लड़की दे फड़े जाण तों बाद इह लगूगा। पर सस्पिशन रेज हो गया कंपनी वल्लों ओनिशन दसना पहला लापरवाही दे नाल के जिहड़ा वक्त पाता पंजाब पुलिस नूं, जिहड़ी कि इन्ने पैसे कमिशन लै रहे आ, उह लै रहे आ कैश नूं, प्रोपर सिक्योर नहीं रख्या गया। उह सिक्योरिटी गार्डां जिहनूं डे टाइम ड्यूटी लैण तों बाद रात नूं उहदे तों ड्यूटी लई गई, उहदे अलावा फिर उस तों बाद जदों कैश दा इनिशियल दस रहे आ ते उदों बाद दसण तों बाद जिहड़ा कैश दे अमाउंट दे विच फर्क निकलना, इह जिहनूं कहिंदे शक तां इस गल दे विच पैंदा है। पर शक दा असीं इक हल इहदे विच इह सोचिआ है, असीं सस्टेन साडे JCP सिटी सोम्या मिश्रा उहदे नाल DCP इनवैसटीगेशन, उहदे नाल अपना शुभम जिहड़े अग्रवाल है ADCP 3, ते नाल उहदे विच उहनूं जिहड़े हैगे आ अपने रुपिंदर पट्टी जिहड़े आ साडे ADCP हैडक्वार्टर है ਇਹਨਾਂ ਦੀ, ਤੇ ACP ਜਿਹੜਾ ਆਪਣਾ ਉਹ ਹੈਗਾ ਸਰਾਭਾ ਨਗਰ ਮਨਦੀਪ ਉਹਦੀ ਜਿਹੜੀ 5 ਮੈਂਬਰਾਂ ਦੀ ਇੱਕ ਅਸੀਂ ਟੀਮ ਬਣਾ ਦਿੱਤੀ ਹੈ, ਉਹ ਦੁਆਰਾ ਕੰਪਨੀ ਵਾਲਿਆਂ ਨੂੰ ਇੱਕ ਚਿੱਠੀ ਲਿਖਤੀ ਹੈ, ਆਪਦਾ ਹਿਸਾਬ ਕਿਤਾਬ ਖਾਤਾ ਕਲੀਅਰ ਕਰੋ, ਮੁਕੱਦਮਾ ਹਜੇ 5 ਅਰੈਸਟਾਂ ਹੋਈਆਂ, 5 ਸਾਡੇ ਕੋਲ ਜਿਹੜੇ ਵਾਂਟਡ ਆ ਬੰਦੇ ਉਹਨਾਂ ਤੋਂ ਅਸੀਂ ਕੈਸ਼ ਰਿਕਵਰ ਕਰ ਲਾਂਗੇ, ਪਰ ਤੁਹਾਡਾ ਜਿਹੜਾ ਕਿ ਪਾਣੀ ਵਾਂਗੂ ਸਾਫ਼ ਸੁਥਰਾ, ਤੇ ਸ਼ਾਇਦ ਕਿਤੇ ਇਹ ਗੱਲ ਅਸੀਂ ਉਹਨਾਂ ਚਿਕਰ ਕਹਿ ਨਹੀਂ ਸਕਦੇ ਜਿੰਨਾ ਚਿਕਰ ਅਰੈਸਟ ਨਾ ਹੋਵੇ, ਪਰ ਕਿਤੇ ਇਹ ਤਾਂ ਨਹੀਂ ਵਗਦੀ ਗੰਗਾ ਦੇ ਵਿੱਚ ਹੱਥ ਧੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੇ ਕੀਤੀ ਗਈ ਹੈ ਤਾਂ ਲੁਧਿਆਣਾ ਪੁਲਿਸ ਦਾ ਟਰੈਕ ਰਿਕਾਰਡ ਆ, ਹਰ ਕੇਸ ਨੂੰ ਅਸੀਂ
जेडे 8 घंटे 10 घंटे 16 घंटे इत्थे पत्रकार वीर पुछना शुरू कर दिंदे आ कि इत्थे 8 घंटे हो गए जी केस ट्रेस नहीं होया। सब तो ज्यादा प्रेशर दा तुसी है, नो डाउट के सीएम पंजाब ने इस गल का बुरा मन्निया, वार वार इहनूं पुछदे रहे। ਇਹ ਕੇਸ ਅਸੀਂ ਉਹਨਾਂ ਨੂੰ ਇਹ ਦਿੱਤਾ, ਮੇਰੀ ਟੀਮ ਤੇ ਮੈਨੂੰ ਮਾਣ ਹੈ। ਕਾਉਂਟਰ ਇੰਟੈਲੀਜੈਂਸ ਦੀ ਟੀਮ ਸਾਡੇ AIG ਕਾਉਂਟਰ ਇੰਟੈਲੀਜੈਂਸ ਬੈਠੇ ਆ ਐਂਡ ਉਹਨਾਂ ਦੇ ਸਾਰੇ ਅਫਸਰ ਅਸੀਂ ਦਿਨ ਰਾਤ ਇੱਕ ਕੀਤਾ। ਇਹ ਟੀਮ ਪਿਛਲੇ ਜਦ ਤੋਂ ਕ੍ਰਾਈਮ ਹੋਇਆ ਜੇ 60 ਘੰਟਿਆਂ 'ਚ ਟਰੇਸ ਹੋਇਆ, ਹਿੰਦੁਸਤਾਨ ਦਾ ਜੇ ਤੁਸੀਂ ਕਹਿੰਦੇ ਹੋ ਸਭ ਤੋਂ ਵੱਡੀ ਡਕੈਤੀ ਜਿਹੜੀ ਕੇਸ ਦੀ ਹੋਈ ਹੈ, ਤੇ ਸਭ ਤੋਂ ਫਾਸਟੈਸਟ ਰਿਕਵਰੀ ਵੀ ਲੁਧਿਆਣਾ ਕਮਿਸ਼ਨਰ ਦਾ, ਮੇਰੀ ਟੀਮ ਦਾ ਕ੍ਰੈਡਿਟ ਹੈ। ਇਹ ਸਾਰੇ ਦੇ ਵਿੱਚ ਇੱਕ ਹੋਰ ਖੁਸ਼ੀ ਵਾਲੀ ਗੱਲ ਸਾਂਝੀ ਕਰਨਾ ਚਾਹੂੰਗਾ, पिछे भी बहुत सारे कैश रिवार्ड सानू मिले है। मैं DGP पंजाब का खास तौर पर धन्यवाद करदा हां, इस काम लई साडी टीम नू 10 लाख रुपए का उन्होंने जिहड़ा कैश रिवार्ड है उस टीम नू उन्होंने अनाउंस किया, वह बहुत ज्यादा इस गल ते खुश सी भी इन्ना जल्दी इन्ना सस्टेन एफर्ट दे विच इन्नी मेहनत दे नाल जिहड़ा तुसीं काम किया ये टीम नू इहदे विच एज ए कमिश्नर मैं जे कहां मेरा रोल इहदे विच बिल्कुल तुसीं सब तो छोटा रोल मेरा गिनो। मेरा क्रेडिट लुधियाना पुलिस के जेडे इत्थे बैठे उन्होंने नहीं, जेड़िया ने रेड किए आ जेड़े रातां नूं जागे आ, इहदे च क्ल्यू जिहड़ा मेजर मिलिया सी GPS सिस्टम लग्या होया सी। GPS सिस्टम दे नाल जांदिया जांदिया जदों असीं GPS सिस्टम दे विच पहलां ते कंपनी वल्लों सानूं कोई हथ पल्ला फड़ाया नहीं, फिर इहनां नाल तालमेल कीता, GPS नाल इक रूट असीं फॉलो कर लिया, रूट कित्थे कित्थे गया किवें किवें गया उह रूट दे नाल नाल किहड़े वहीकल आए ਵਿੱਚ। ਜੇ ਇਸ ਗੱਲ ਦੇ ਵਿੱਚ ਅਸੀਂ ਘੱਟੋ ਘੱਟ ਕਈ ਪੁੱਛ ਰਹੇ ਸੀ ਕਿੰਨੇ ਬੰਦੇ, ਇਹਦੇ ਵਿੱਚ 50 ਤੋਂ ਵੱਧ ਬੰਦੇ ਜਿਹੜੇ ਪਾਸਟ ਕ੍ਰਿਮੀਨਲ ਰਿਕਾਰਡ ਦੇ ਆ, 25 ਪਿਛਲੇ ਸਾਲ ਕੱਢੇ ਵੇ, 8 ਇਸ ਸਾਲ ਕੱਢੇ ਵੇ, ਇਸ ਤੋਂ ਇਲਾਵਾ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਕ੍ਰਿਮੀਨਲ ਰਿਕਾਰਡ ਦੇ ਬੰਦੇ, ਉਹ ਸਾਰਿਆਂ ਨੂੰ ਕੀਤਾ, ਪਰ ਲਾਸਟ ਵਿੱਚ ਇਹ ਪਾਇਆ ਗਿਆ ਇਹਨਾਂ ਦਾ ਕੋਈ ਖਾਸ ਕ੍ਰਿਮੀਨਲ ਰਿਕਾਰਡ ਨਹੀਂ। ਇੱਕ ਡਾਕੂ ਸੁੰਦਰੀ ਜਿਹਦਾ ਨਾਮ ਮਨਦੀਪ ਮਣੀ, ਅਤੇ ਇਹ ਵੀ ਇਤਫਾਕ ਹੀ ਸਮਝੋ, ਇਹਦੇ ਵਿੱਚ ਕਮਿਸ਼ਨਰ ਮਨਦੀਪ, ਉਹ ਮਨਦੀਪ, ACP ਸਾਡਾ ਮਨਦੀਪ, ਤੇ ਇੱਕ ਹੋਰ ਜਿਹੜਾ ਬੰਦਾ ਫੜਿਆ ਹੋਇਆ ਉਹ ਮਨਦੀਪ, ਤੇ ਮੈਂ ਕਿਹਾ ਜੇ 3 ਮਨਦੀਪ, 2 ਮਨਦੀਪ ਕੰਮ ਕਰਨ ਵਾਲੇ ਆ ਤੇ 2 ਮਨਦੀਪ ਅੱਗੇ ਫੜਨ ਵਾਲੇ ਆ ਤੇ ਫਿਰ ਫੜੇ ਜਾਣਗੇ। ਅਲਟੀਮੇਟਲੀ ਇਹ ਕੇਸ ਸਾਡਾ ਇਹ ਟਰੇਸ ਹੋ ਗਿਆ।